ਕਰਫਿਊ ਚ ਕੀ ਹੁੰਦਾ ਵੀ ਕੋਈ ਵੀ ਬੰਦਾ ਬਾਹਰ ਨਹੀਂ ਆਉਂਦਾ ਨਾ ਕੋਈ ਵੀ ਅਦਾਰਾ ਖੁੱਲਦਾ ਇਸ ਚ ਅਦਾਰੇ ਖੋਲਣ ਦਾ ਸਾਡਾ ਮਤਲਬ ਇਹ ਹੈ ਕਿ ਅਗਰ ਸਬਜ਼ੀ ਦੀ ਕੋਈ ਦੁਕਾਨ ਖੁੱਲ ਗਈ ਫਰੂਟ ਦੀ ਦੁਕਾਨ ਖੁੱਲ ਗਈ ਕੈਮਿਸਟ ਖੁੱਲ ਗਏ ਡਾਕਟਰ ਖੁੱਲ ਗਏ ਅਗਰ ਉਹਨਾਂ ਦੇ ਜਿਹੜੇ ਉਪਭੋਗਤਾ ਨੇ ਅਗਰ ਉਹ ਆ ਨਾ ਸਕੇ ਤਾਂ ਇਹ ਬੇਮਾਇਨੇ ਨੇ ਇਸ ਕਰਕੇ ਲੋਕਾਂ ਦੇ ਆਣ ਜਾਣ ਤੇ ਮਨਾਹੀ ਨਹੀਂ ਪਰ ਇੱਕ ਰਿਸਟ੍ਰਿਕਸ਼ਨ ਹੈ ਕਿ ਇੱਕ ਪਰਿਵਾਰ ਚੋਂ ਜ਼ਰੂਰੀ ਸੇਵਾਵਾਂ ਲੈਣ ਲਈ ਇੱਕ ਬੰਦਾ ਹੀ ਬਾਹਰ ਜਾਊਗਾ ਜਦੋਂ ਕੋਈ ਬੰਦਾ ਬਾਹਰ ਜਾਊਗਾ ਤਾਂ ਸਾਡੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਪੁਲਿਸ ਆਫੀਸਰ ਦਾ ਪੁਲਿਸ ਥਾਂ ਥਾਂ ਦੇ ਨਾਕੇ ਹੋਣਗੇ ਉਹ ਕ੍ਰੋਸ ਕੁਐਸਚਨ ਕਰਨਗੇ ਕਿ ਵੀ ਤੁਹਾਡੀ ਕੀ ਐਸੈਂਸ਼ੀਅਲਿਟੀ ਹੈਗੀ ਹੈ ਔਰ ਅਗਰ ਇਹ ਲੱਗਦਾ ਹੈ ਕਿ ਸੰਬਡੀ ਇਜ਼ ਲੋਇਟਰਿੰਗ ਅਰਾਊਂਡ ਵਿਦਆਊਟ ਐਨੀ ਸਬਸਟੈਂਸ਼ੀਅਲ ਰੀਜ਼ਨ ਤਾਂ ਵੀ ਵਿਲ ਟੇਕ ਐਕਸ਼ਨ ਐਜ਼ ਪਰ ਲਾਅ ਸੋ ਆਈ ਐਮ ਅਗੇਨ ਰਿਪੀਟਿੰਗ ਬਾਹਰ ਆਇਆ ਜਾ ਸਕਦਾ ਹਰ ਪਰਿਵਾਰ ਵੱਲੋਂ ਇੱਕ ਵਿਅਕਤੀ ਅਗਰ ਕਿਸੇ ਨੇ ਕੋਈ ਐਸੈਂਸ਼ੀਅਲਸ ਜਾਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨੇ ਉਹਨਾਂ ਦਾ ਪ੍ਰਯੋਗ ਕਰਨਾ ਹੈਗਾ ਅਗਰ ਵਿਦਆਊਟ ਐਨੀ ਸਬਸਟੈਂਸ਼ੀਅਲ ਕੌਜ਼ ਐਵੇਂ ਕੋਈ ਬੰਦਾ ਗੇੜੀਆਂ ਮਾਰ ਰਿਹਾ ਅਸੀਂ ਉਸ ਤੇ ਐਕਸ਼ਨ ਲਵਾਂਗੇ ਇਸ ਤੋਂ ਇਲਾਵਾ ਬਹੁਤ ਹੀ ਜ਼ਰੂਰੀ ਕਿਸੇ ਨੂੰ ਕੋਈ ਕੰਮ ਹੈ ਤਾਂ ਉਹਨੂੰ ਵਹੀਕਲ ਚਲਾਉਣ ਦੀ ਆਗਿਆ ਪਰ ਬਿਨਾ ਕੰਮ ਤੋਂ ਅਗਰ ਕੋਈ ਵਹੀਕਲ ਤੇ ਬਾਹਰ ਇਸ ਤਰ੍ਹਾਂ ਭੂਮੀ ਫੇਰੀ ਕਰ ਰਿਹਾ ਤਾਂ ਉਹਦੇ ਤੇ ਵੀ ਅਸੀਂ ਕਾਰਵਾਈ ਕਰਾਂਗੇ ਇੱਕ ਸਥਾਨ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਹ ਨਾ ਹੋਵੇ ਕਿ ਵੀ ਲੋਕ ਇਕੱਠੇ ਹੋ ਕੇ ਆਪਦਾ ਕਿ ਜਸਟ ਇਸ ਤਰ੍ਹਾਂ ਹੋ ਜਾਵੇ ਕਿ ਜਸਟ ਇਕੱਠੇ ਹੀ ਹੋ ਰਹੇ ਆ ਮਹੱਲੇ ਦੇ ਬਾਹਰ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਉਸ ਤੇ ਵੀ ਅਸੀਂ ਮਨਾਈ ਹੋਏਗੀ ਪੁਲਿਸ ਜਾ ਕੇ ਟੋਕੇਗੀ ਉਹਨਾਂ ਨੂੰ ਕਿਉਂਕਿ ਆਪਣਾ ਸਾਰਿਆਂ ਦਾ ਉਦੇਸ਼ ਇਹ ਹੈਗਾ ਕਿਸੇ ਨੂੰ ਤੰਗ ਕਰਨਾ ਨਹੀਂ ਕਿਉਂਕਿ ਇਹ ਜਿਹੜਾ ਵਾਇਰਸ ਹੈ ਬੜੀ ਤੇਜ਼ੀ ਨਾਲ ਫੈਲਦਾ ਔਰ ਜਿਸ ਸੰਖਿਆ ਚ ਔਰ ਜਿਸ ਤਰ੍ਹਾਂ ਦਾ ਐਕਸਪੋਜ਼ਰ ਇੱਥੇ ਹੋਇਆ ਹੈਗਾ ਸਾਨੂੰ ਡਰ ਹੈ ਕਿ ਟੂ ਵੀ ਆਨ ਦਾ ਕੰਜ਼ਰਵੇਟਿਵ ਸਾਈਡ ਅਸੀਂ ਮੈਨ ਟੂ ਮੈਨ ਕੰਟੈਕਟ ਹੈ ਜਿਹੜੀ ਉਹ ਚੇਨ ਬ੍ਰੇਕ ਕਰਨਾ ਚਾਹੁੰਦੇ ਆ ਤਾਂ ਕਿ ਜਲੰਧਰ ਵਾਸੀ ਹੈ ਜਿਹੜੇ ਉਹ ਸੁਰੱਖਿਅਤ ਰਹਿ ਸਕਣ ਇਹ ਜਿਹੜਾ ਆਰਡਰ ਹੈਗਾ ਸਰਕਾਰੀ ਦਫ਼ਤਰਾਂ ਜਿਹੜੇ ਕਰਮਚਾਰੀ ਕੰਮ ਕਰ ਰਹੇ ਆ ਐਮਰਜੈਂਸੀ ਸੇਵਾਵਾਂ ਪੁਲਿਸ ਵਿਭਾਗ ਅਰਥ ਸਰਕਾਰੀ ਬਲ ਜੋ ਵੀ ਡਿਊਟੀ ਤੇ ਲੱਗੇ ਹੋਣਗੇ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਔਰ ਇਹ ਆਰਡਰ ਜਿਹੜਾ ਹੈਗਾ ਕੱਲ ਸਵੇਰ 7 ਵਜੇ ਤੋਂ ਲੈ ਕੇ ਬੁੱਧਵਾਰ ਰਾਤ 12 ਵਜੇ ਤੱਕ ਲਾਗੂ ਰਹੇਗਾ ਅਜੇ ਇਹਨੂੰ ਬੁੱਧਵਾਰ ਤੱਕ ਜਾਰੀ ਕੀਤਾ ਜਾ ਰਿਹਾ ਹੈਗਾ ਜੇ ਲੋੜ ਪਈ ਤਾਂ ਅਸੀਂ ਅੱਗੇ ਵੀ ਇਸ ਦੇ ਬਾਰੇ ਵਿਚਾਰ ਕਰ ਸਕਦੇ ਹੈਗੇ ਆ ਬਾਕੀ ਮੇਰੀ ਤੁਹਾਨੂੰ ਦੁਬਾਰਾ ਇਹ ਬੇਨਤੀ ਹੈ ਕਿਉਂਕਿ ਦੀਸ ਆਰ ਡਿਫਿਕਲਟ ਟਾਈਮਸ ਇਹ ਨਾਰਮਲ ਲਾਅ ਐਂਡ ਆਰਡਰ ਦਾ ਕਰਫਿਊ ਨਹੀਂ ਜੋ ਕਿ ਬਹੁਤ ਈਜ਼ੀ ਹੁੰਦਾ ਹੈਗਾ ਕਿਉਂਕਿ ਅਸੀਂ ਲੋਕਾਂ ਦੀ ਨਿਊਟ੍ਰੀਸ਼ਨ ਦਾ ਉਹਨਾਂ ਦੀ ਐਸੈਂਸ਼ੀਅਲਸ ਦਾ ਉਹਨਾਂ ਦੀ ਮੈਡੀਕਲ ਸਰਵਿਸਿਜ਼ ਦਾ ਉਹਨਾਂ ਦੀ ਜਾਨ ਬਚਾਉਣ ਲਈ ਇਹ ਚੀਜ਼ਾਂ ਜ਼ਰੂਰੀ ਨੇ ਲਾਅ ਐਂਡ ਆਰਡਰ ਵਾਲੇ ਕਰਫਿਊ 'ਚ ਇਹ ਲੋੜ ਨਹੀਂ ਹੁੰਦੀ ਹੈ ਕਿਸੇ ਬੰਦੇ ਕੋਲ ਕੋਈ ਖੁਰਾਕ ਹੀ ਨਹੀਂ ਉਹਦੀ ਜਾਨ ਕਿੱਦਾਂ ਬਚੂਗੀ ਇਹਨੂੰ ਲਾਗੂ ਕਰਨ ਦੇ ਲਈ ਵੀ ਕਿਉਂਕਿ ਇਹ ਇੱਕ ਨਵਾਂ ਤਰ੍ਹਾਂ ਦਾ ਐਕਸਪੀਰੀਅੰਸ ਹੈ ਪਾਰਸ਼ਲੀ ਲੋਕਾਂ ਦੀ ਮੂਵਮੈਂਟ ਵੀ ਇਹ 'ਚ ਅਲੱਗ ਹੈਗੀ ਹੈ ਪਾਰਸ਼ਲੀ ਬਾਜ਼ਾਰ ਵੀ ਇੱਕ ਤਰ੍ਹਾਂ ਨਾਲ ਖੁੱਲ੍ਹੇ ਹੈਗੇ ਨੇ ਐਟ ਦਾ ਸੇਮ ਟਾਈਮ ਅਸੀਂ ਇਹਨੂੰ ਲਾਗੂ ਵੀ ਕਰਨਾ ਇਹ 'ਚ ਸਾਨੂੰ ਸਾਨੂੰ ਤੁਹਾਡੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਐਟ ਟਾਈਮਸ ਤੁਹਾਨੂੰ ਕਿਤੇ ਲੱਗੇ ਕਿ ਵੀ ਇਹ ਹੋ ਸਕਦਾ ਵੀ ਇਹ ਚੀਜ਼ ਇੱਦਾਂ ਨਹੀਂ ਹੋ ਰਹੀ ਐਜ਼ ਪਰ ਯੋਰ ਫੀਡਬੈਕ ਅਸੀਂ ਇਹਨੂੰ ਹੋਰ ਬੈਟਰ ਕਰਾਂਗੇ ਬਿਕੋਜ਼ ਇੱਕ ਨਵੀਂ ਤਰ੍ਹਾਂ ਦਾ ਚੈਲੰਜ ਹੈਗਾ ਪੂਰੇ ਇੰਡੀਆ ਲਈ ਕਿਉਂਕਿ ਅਗਰ ਇਹ ਹੌਟਸਪੌਟ ਬਣ ਜਾਂਦਾ ਤਾਂ ਪੂਰੇ ਦੇਸ਼ ਲਈ ਇਹ ਖਤਰਾ ਹੈਗਾ ਉਸ ਸਹਿਯੋਗ ਦੇ ਨਾਲ ਅੱਗੇ ਵੀ ਤੁਸੀਂ ਸਾਡੇ ਨਾਲ ਸਹਿਯੋਗ ਕਰਦੇ ਰਹੇ ਹੋ ਬਿਕੋਜ਼ ਥਿਸ ਇਜ਼ ਅ ਵੈਰੀ ਵੈਰੀ ਡਿਫਿਕਲਟ ਸਿਚੁਏਸ਼ਨ ਔਰ ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਮੁੰਦਰ ਹੈ ਜਿਸ 'ਚ ਮੈਂ ਤੁਸੀਂ ਸਾਰੇ ਅਸੀਂ ਸਾਰੇ ਇੱਕੋ ਸਮੁੰਦਰ 'ਚ ਸ਼ਾਮਲ ਹੈਗੇ ਹਾਂ ਸਾਡੇ 'ਚੋਂ ਸਾਨੂੰ ਵੀ ਨਹੀਂ ਪਤਾ ਕਿ ਕੌਣ ਕੌਣ ਆਲਰੇਡੀ ਇਫੈਕਟ ਹੋ ਚੁੱਕਿਆ ਕਿਸ 'ਚ ਸਿੰਪਟਮ ਆਉਣੇ ਆ ਕਿਸ 'ਚ ਨਹੀਂ ਆਉਣੇ ਆ ਤੋ ਇਸ ਡਿਫਿਕਲਟ ਟਾਈਮ 'ਚ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤਵੱਕੂ ਕਰਦੇ ਹਾਂ ਨਾਓ ਹੁਣ ਮੈਂ ਰਿਕੁਐਸਟ ਕਰਾਂਗਾ ਸੀਪੀ ਸਾਹਿਬ ਨੂੰ ਫਿਰ ਐਸਐਸਪੀ ਸਾਹਿਬ ਨੂੰ ਵੀ ਉਹ ਵੀ ਆਪਦੇ ਵੱਲੋਂ ਇਹ ਦੀ ਜਿਹੜੀ ਹੈਗੀ ਬਰੀਫਿੰਗ ਕਰਨਗੇ ਉਹ ਟੂ ਐਸਐਸਪੀ ਤੇ ਸੀਪੀ ਸਾਹਿਬ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਕਿ ਸਾਰਿਆਂ ਨੂੰ ਆਪਾਂ ਨੇ ਆਪਣੇ ਫਾਇਦੇ ਵਾਸਤੇ ਹੀ ਹੈ ਸੋ ਸੋਸ਼ਲ ਰਿਸਪੋਂਸਿਬਿਲਟੀ ਤੇ ਸੋਸ਼ਲ ਡਿਸਿਪਲਿਨ ਇੰਡੀਵਿਜੁਅਲ ਡਿਸਿਪਲਿਨ ਆਪਾਂ ਨੂੰ ਦਿਖਾਉਣ ਦਾ ਇੱਕ ਇੱਕ ਟਾਈਮ ਆਇਆ ਕੁਦਰਤੀ ਪ੍ਰੋਬਲਮ ਆਈ ਹੈ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਸੀਂ ਇੰਪਲੀਮੈਂਟੇਸ਼ਨ ਦੇ ਵਿੱਚ ਕੋਈ ਇਹੋ ਜਿਹਾ ਸਾਡੀ ਮਨਸ਼ਾ ਨਹੀਂ ਹੈ ਕਿ ਅਸੀਂ ਪਨਿਸ਼ ਕਰਨਾ ਹੈ ਪਰ ਅਗਰ ਕੋਈ ਆਦਮੀ ਬਾਰ ਬਾਰ ਰੂਲ ਨੂੰ ਬ੍ਰੇਕ ਕਰ ਰਿਹਾ ਜਾਂ ਉਹਨੂੰ ਉਹਨਾਂ ਖਿਲਵਾੜ ਕਰ ਰਿਹਾ ਤਾਂ ਵੀ ਵਿਲ ਟੇਕ ਵੈਰੀ ਸਟ੍ਰਿਕਟ ਐਕਸ਼ਨ ਜਿਵੇਂ ਕਿ ਅੱਜ ਵੀ ਜਿਵੇਂ ਉਹ ਇੱਕ ਮਲਹੋਤਰਾ ਚਿਕਨ ਕਾਰਨਰ ਵਾਲੇ ਉੱਥੇ ਪੂਰਾ ਲੋਕਾਂ ਨੂੰ ਭੁਲਾ ਰਹੇ ਸੀਗੇ ਖਵਾ ਰਹੇ ਸੀਗੇ ਉਹਦੇ ਤੇ ਖਿਲਾਫ਼ ਵੀ ਅਸੀਂ ਕੇਸ ਰਜਿਸਟਰ ਕੀਤਾ ਰਾਮਾ ਮੰਡੀ 'ਚ ਸੋ ਵੀ ਆਰ ਗੋਇੰਗ ਟੂ ਟੇਕ ਐਕਸ਼ਨ ਔਰ ਜੋ ਵੀ ਇਹਦੇ ਤੇ ਸਟ੍ਰਿਕਟਨੈਸ ਕਰਨੀ ਪਈ ਕਿਉਂਕਿ ਵੂਮਨ ਲਾਈਫ ਨੂੰ ਖਤਰਾ ਕਿਸੇ ਦੇ ਖਿਲਵਾੜ ਨਾਲ ਕਿਸੇ ਦੇ ਇਨਡਿਸਿਪਲਿਨ ਨਾਲ ਜੇ ਸਾਰੀ ਸੁਸਾਇਟੀ ਨੂੰ ਖਤਰਾ ਪੈਂਦਾ ਤਾਂ ਉਹ ਸਾਡੀ ਜ਼ਿੰਮੇਵਾਰੀ ਆ ਔਰ ਬਾਖੂਬੀ ਉਹਨੂੰ ਪੁਲਿਸ ਨਿਭਾਏਗੀ ਬੜੀ ਡਿਟੇਲ 'ਚ ਪੁਲਿਸ ਆਫਿਸਰ ਦੀ ਮੀਟਿੰਗ ਨੂੰ ਐਡਰੈਸ ਕੀਤਾ ਸੀ ਐਂਡ ਦੇ ਹੈਵ ਬੀਨ ਟੋਲਡ ਕਿ ਅਸੀਂ ਸਿਟੀਜ਼ਨ ਦੀਆਂ ਰਾਈਟਸ ਦਾ ਵੀ ਧਿਆਨ ਰੱਖਣਾ ਬਟ ਐਟ ਦੀ ਸੇਮ ਟਾਈਮ ਅਸੀਂ ਜਿਹੜਾ ਡੇ
डेंजर टू सोसाइटी है, कोई भी इंसान किसी एक्शन ना करता है उसके खिलाफ एक्शन करने तो असी लीगल जो भी बनता है ग्रेज नहीं किया जाए। एंड थोड़ी कोऑपरेशन इज सॉलिसिटेड एंड वी आर प्राउड ऑफ आवर रिलेशनशिप एंड अपने सारे का सोसाइटी वास्ते ही ये धर्म है उन्होंने आप सारे बाखूबी निभाते आए हैं हूँ भी निभाओ। हाँ जी वो जरा डिसीजन लिया नोटिस आया कि नीटू शक्कर वाले ने कोई अज की अपने सोशल मीडिया राही लीगल ओपीनियन लैके केस रजिस्टर किया जा रहा है। वी विल अरेस्ट दी परसन वेरी सून। मैं सिविल सर्जन उन्होंने कंप्लेनेंट बने ने डीसी साहब ने ओपीनियन भी ले लिया डी लीगल का और एपीडेमिक एक्ट ईवन आईपीसी की 420 ते होर जिहड़ियां धारा हुंदियां ट्रैक एपीडेमिक एक्ट वो सारा तुहाडा सी जिहड़ा अपना हैगा प्लेटफॉर्म न्यूज़ शेयरिंग दा उहदे ते सारी डिटेल देवांगे वंस एफआईआर इज रजिस्टर्ड और जो भी एक्शन हुंदा उह कर। ओवर टू एसएसपी साहब। आज जत्ता की बड़ी डिटेल दे विच एक मिनट यार माइक आगे कर लो वेट कर सॉरी माइक सारे वेट यार एक मिनट यार वेट कर लो दसिया पूरी डिटेल दे विच कि कल तो लॉकडाउन जलंधर डिस्ट्रिक्ट पूरा किया जा रहा है। इहदे विच मैं सारे नागरिकां नूं बेनती करांगा कि पुलिस नाल कोऑपरेट करन ते कल सिर्फ जिथे उन्हां नूं बहुत ज़्यादा लोड है जिहड़ियां 25 एसेंशियल कमोडिटीज़ बारे डीसी साहब ने दस्सिया सिर्फ वह लैण लई ही लोक बाहर निकलन क्योंकि कल तो पुलिस ने सारिआं दी कोऑपरेशन जिथे मंगनी है उत्थे रूल नूं भी इंप्लीमेंट करना। इत्थे मैं भी दसना चाहूँगा कि अज जलंधर रूरल दे विच 3 परचे रजिस्टर किए गए हैं। नूरवैल दे विच 2 केसेस ऐसे रजिस्टर किए गए जिथे मैरिज पैलेसेस वाले ने अपने मैरिज पैलेस खोले हुए सी ते उत्थे 50 तो 70 तो 100 बंदा हाजिर सीगा ते फंक्शन अटेंड कर रहे सी। इसे तरीके ही एक शॉप वाले ने सैनिटाइजर जिहड़ा कि जिहदी MRP कुछ सीगी ते उस तो काफ़ी उच्चे रेट ते वेच रहा सी उहदे ते भी केस रजिस्टर नूरवैल 3 केसेस टोटल रजिस्टर किए गए ने जलंधर रूरल दे विच। इन्ना कुछ कहिंदे होए मैं एक बारी फिर तो सारी पब्लिक नूं यह बेनती करनी है कि कल तो लैके बुधवार तक जो तक कि टोटल लॉकडाउन हैगा उदों तक पूरा कोऑपरेट करन तां कि ये जिहड़ी महामारी है इहनूं असीं सारे ही तगड़े हो के अपने देश दे विचों कढ सकीए। थैंक यू। देखो मैं अगेन एट द कॉस्ट ऑफ रिपीटिशन ये गल कह रहा हैगा कि अगे जिवें कोई समस्या आउंदी है वो विजिबल हुंदी है तुहानू उस च थोड़ी बहुत कई बार माफ़ी भी हो जाती है। अज जिवें एक केस ये आया जिहड़ा कि सीटी साहब उन्होंने दस्सिया लीगल ओपीनियन असी लिखी हैगी है अगर कोई भी बंदा लोगों को गुमराह करके क्योंकि एक बंदे की नहीं लखां लोगों की जान का मसला हैगा अगर कोई भी किसी को गुमराह इस तरह करने की कोशिश करेगा वी विल बी वेरी हार्श ऑन हिम और हर। और अगर कोई जिहड़ा इनफेक्टेड परसन है जान बुझ के जानते हुए फिर उन्होंने इनफेक्ट करेगा उहदे ते भी कोई रियायत नहीं वरती जाएगी। बट अगेन मैं तुहानू सारे यही रिक्वेस्ट हैगी है कि भी यूनाइटेड वी स्टैंड वाली गल है दो वी हैव टू मेनटेन सोशल डिस्टेंस इस तुहानू सारे की तुहाडे जिहड़ा सहयोग हैगा उहदे नाल भी सहयोग हैगा। बस थैंक यू सर। एक सवाल सी मेरा कि आपां लॉकडाउन करता सारा कुछ कर दिता ठीक है आपां तैयार किन्ने क हैगे हैं आइसोलेट वार्ड किन्ने तैयार है किहड़े किहड़े होस्पिटल नाल साडी जिहड़ा टाई अप हो गया क्योंकि अज गल आई सी पटेल होस्पिटल शायद ICU च किसी पेशेंट नूं मतलब बिठाया तो बाहर बढ़ाता गया सीगा ते की इदां दी आपां तैयारी कीती कि अगर कुछ हुंदा है ते आपां उहनूं कोई मतलब मदद दे सकीए उहदे टेस्ट करवा सकीए जां कुछ। देखो इस तरह साढ़े आपदे वालों तैयारी पूरी की है
ਜਿਹੜੇ ਅਸੀਂ ਆਈਸੋਲੇਸ਼ਨ ਦੇ ਜਿਹੜੇ ਹੈਗੇ ਨੇ ਉਹ ਵੀ ਅਸੀਂ 180 ਪ੍ਰਾਈਵੇਟ ਦੇ ਵਿੱਚ 30 ਸਰਕਾਰੀ ਦੇ ਵਿੱਚ ਸਾਰੇ ਇਹ ਬਣਾਏ ਹੋਏ ਨੇ ਔਰ ਇਹਦੀ ਕਿਉਂਕਿ ਇਹਦੀ ਜਿਹੜੀ ਡਿਟੇਲਸ ਹੈਗੀਆਂ ਨੇ ਟੋਟਲ ਸਾਡੇ ਕੋਲ ਆਈਸੋਲੇਸ਼ਨ ਦੇ ਜਿਹੜੇ ਹੈਗੇ ਨੇ 118 ਜਿਹੜੇ ਹੈਗੇ ਆ ਸਿਵਲ ਸਰਜਨ ਹੋਰਾਂ ਨੇ ਆਪਦੀ ਤਿਆਰੀ ਕੀਤੀ ਹੈ ਜਿਹੜੇ ਸਰਕਾਰੀ ਖੇਤਰ ਦੇ ਵਿੱਚ ਇਹਨਾਂ ਨੇ ਲਿੱਤੇ ਹੈ ਔਰ 118 ਇਹ ਨੇ ਜੀ ਔਰ ਇਸ ਤੋਂ ਇਲਾਵਾ ਕੁਆਰੰਟਾਈਨ ਦੇ ਲਈ ਸਰਕਾਰੀ ਦੀ ਮੈਂ ਦੱਸ ਰਿਹਾ ਅਸੀਂ 2500 ਦੇ ਕਰੀਬ ਜਿਹੜੇ ਹੈਗੇ ਆ ਕੁਆਰੰਟਾਈਨ ਦੇ ਲਈ ਵੱਖ ਵੱਖ ਜਿਹੜੇ ਅਦਾਰੇ ਆ ਉਹ ਆਈਡੈਂਟੀਫਾਈ ਕਰਦੇ ਆ ਦੋਨਾਂ 'ਚ ਫਰਕ ਹੈ ਕੁਆਰੰਟਾਈਨ ਉਹਨਾਂ ਬੰਦਿਆਂ ਦਾ ਜੋ ਕਿ ਹੋਮ ਕੁਆਰੰਟਾਈਨ ਦੀ ਸਾਡੀ ਗੱਲ ਨਹੀਂ ਮੰਨ ਰਿਹਾ ਪਰ ਉਹ 'ਚ ਸਿੰਪਟਮ ਨਹੀਂ ਆਏ ਮਜਬੂਰੀ ਬਸ ਉਹਨੂੰ ਉਠਾ ਕੇ ਅਸੀਂ ਕਿਸੇ ਸਰਕਾਰੀ ਬਿਲਡਿੰਗ 'ਚ ਵੀ ਫੋਰਸ ਕਰ ਸਕਦੇ ਹਾਂ ਰਹਿਣ ਦੇ ਲਈ ਜਿਹੜੇ ਆਈਸੋਲੇਸ਼ਨ ਵਾਰਡ ਉਹ ਨੇ ਜਿਹੜਾ ਕਿ ਐਕਚੁਅਲ ਬਿਮਾਰ ਹੋ ਗਿਆ ਬੰਦਾ ਇਸ ਤੋਂ ਇਲਾਵਾ ਸਾਡੇ ਕੋਲ 21 ਵੈਂਟੀਲੇਟਰ ਨੇ 18 ਪ੍ਰਾਈਵੇਟ ਸੈਕਟਰ 'ਚ ਨੇ 3 ਸਰਕਾਰੀ ਸੈਕਟਰ 'ਚ ਹੈਗੇ ਨੇ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜਿਹੜੇ ਵਿਕਸਿਤ ਮੁਲਕ ਵੀ ਹੈਗੇ ਨੇ ਉਹਨਾਂ ਦੇ ਜਿਹੜਾ ਹੈਲਥ ਸਿਸਟਮ ਸੀਗਾ ਉਹਨਾਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਬਹੁਤ ਬੈਟਰ ਹੋਣ ਦੇ ਬਾਵਜੂਦ ਕੋਪ ਅਪ ਨਹੀਂ ਕਰ ਸਕਦੇ ਔਰ ਸਾਡੀ ਜਿੰਨੀ ਆਬਾਦੀ ਹੈਗੀ ਹੈ ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਤੋਂ ਇਸ ਬਿਮਾਰੀ ਦਾ ਔਨਸੈਟ ਹੁੰਦਾ ਜਦੋਂ ਪੰਜਾਬ 'ਚ ਪਹਿਲਾ ਕੇਸ ਆਇਆ ਵਾ ਜਦੋਂ ਟੋਪ ਲੋਡ ਇਹਦਾ ਆਉਣਾ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਉਹਨੂੰ ਆਪਾਂ ਜਿੰਨਾ ਸਟੈਗਰ ਕਰ ਲਈਏ ਜਿੰਨਾ ਲੰਬਾ ਪਾ ਲਈਏ ਤਾਂ ਕਿ ਸਾਡੇ ਕੋਲ ਐਟ ਏ ਟਾਈਮ ਨੰਬਰ ਆਫ ਕੇਸਿਸ ਉਨੇ ਆਉਣ ਜਿੰਨੀਆਂ ਸਾਡੇ ਕੋਲ ਸੁਵਿਧਾਵਾਂ ਹੈਗੀਆਂ ਨੇ ਅਸੀਂ ਉਨੀਆਂ ਉਸ ਨੂੰ ਮੈਨੇਜ ਕਰ ਸਕੀਏ ਇਹੀ ਅਸੀਂ ਲੋਕਾਂ ਤੱਕ ਗੱਲ ਪਹੁੰਚਾਉਣੀ ਹੈਗੀ ਹੈ ਅਗਰ ਐਟ ਏ ਟਾਈਮ ਵੀ ਹਜ਼ਾਰਾਂ ਦੇ ਉਸ 'ਚ ਕੇਸ ਆ ਜਾਂਦੇ ਨੇ ਤਾਂ ਆਫਕੋਰਸ ਅਸੀਂ ਪ੍ਰਾਈਵੇਟ ਦੀ ਵੀ ਮਦਦ ਲਵਾਂਗੇ ਬਟ ਹੁਣ ਤੱਕ ਦੇ ਪ੍ਰੋਟੋਕੋਲ ਮੁਤਾਬਕ ਇਹ ਸੀ ਕਿਉਂਕਿ ਸਰਕਾਰੀ ਲੈਬੋਰਟਰੀਆਂ ਇਹਦਾ ਚੈੱਕ ਕਰ ਰਹੀਆਂ ਨੇ ਪਹਿਲਾਂ ਇਹ ਸਿਰਫ ਪੁਣੇ 'ਚ ਹੋ ਰਿਹਾ ਸੀ ਫਿਰ ਏਮਸ ਦੇ ਵਿੱਚ ਆਇਆ ਹੁਣ ਹੋਰ ਬਹੁਤ ਥਾਵਾਂ 'ਤੇ ਅਲਾਓ ਗਿਆ ਪੰਜਾਬ ਦੇ ਵਿੱਚ ਜਿਹੜਾ ਇਹ ਹੈਗਾ ਟੈਸਟ ਪਟਿਆਲਾ ਔਰ ਆਪਣਾ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਸੈਂਪਲ ਜਿਹੜਾ ਸਿਵਲ ਹੋਸਪਿਟਲ 'ਚ ਜਾ ਰਿਹਾ ਹੈਗਾ ਸੋ ਉਹ ਲੋਕ ਜਿਹਨਾਂ ਨੂੰ ਇਹ ਸੈਂਪਲ ਐਡਵਾਈਜ਼ ਕੀਤਾ ਜਾਂਦਾ ਕਿਰਪਾ ਕਰਕੇ ਪਤਾ ਨਹੀਂ ਕਿਉਂ ਉਹਨਾਂ ਦੇ ਮਨ 'ਚ ਇਹ ਹੈਗਾ ਬਹੁਤ ਸਾਰੇ ਲੋਕ ਭੱਜ ਰਹੇ ਨੇ ਸਿਵਲ ਹੋਸਪਿਟਲ 'ਚ ਆਉਣ ਸਾਨੂੰ ਪਤਾ ਲੱਗੇ ਉਹਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਵੀ ਬਚਣਗੇ ਉਹ ਆਪ ਵੀ ਬਚਣਗੇ ਇੱਕ ਹੋਰ ਸਵਾਲ ਸੀਗਾ ਕਿ ਜਿੱਦਾਂ ਕਿਸੇ ਬੰਦੇ ਨੂੰ ਪਤਾ ਲੱਗਦਾ ਕਿ ਮੇਰੇ ਗੁਆਂਢ ਦੇ ਵਿੱਚ ਜਾਂ ਮੇਰੇ ਪਰਿਵਾਰ ਦੇ ਵਿੱਚ ਕੋਈ ਹੈਗਾ ਉਹ ਇੰਟੀਮੇਟ ਕਿੱਦਾਂ ਕਰੇ ਉਹ ਇੰਟੀਮੇਟ ਕਰਨ ਦੇ ਲਈ ਹੈਗਾ ਜੀ ਮੈਂ ਤੁਹਾਨੂੰ ਦੱਸਿਆ 2222484848 4848 ਇਹ ਹੈਗਾ ਜਿਸ 'ਤੇ ਕਿ ਬੋਲ ਕੇ ਦੱਸਿਆ ਜਾ ਸਕਦਾ ਦੁਬਾਰਾ ਮੈਂ ਦੱਸ ਰਿਹਾ 2222484848 ਜਲੰਧਰ ਦਾ ਹੀ ਨੰਬਰ ਹੈ ਇੱਕ ਦੂਜੇ ਨੰਬਰ 'ਤੇ ਕਾਲ ਨਹੀਂ ਕਰਨੀ ਉਸ 'ਤੇ ਸਿਰਫ ਵਟਸਐਪ ਰਾਹੀਂ ਵੀ ਆਹ ਲੋਕੇਸ਼ਨ ਹੈਗੀ ਹੈ ਜੀ ਇਹ ਹੈ ਇਹ ਵਟਸਐਪ ਨੰਬਰ ਹੈ ਜੀ 9872830938 9872830938 ਇਸ ਨੰਬਰ 'ਤੇ ਮਤਲਬ ਟੈਕਸਟ ਵਟਸਐਪ ਕੀਤਾ ਜਾ ਸਕਦਾ ਇਸ 'ਤੇ ਕਾਲ ਅਟੈਂਡ ਨਹੀਂ ਕਰ ਪਾਊਗਾ ਇੱਕ ਬੰਦਾ ਨਹੀਂ ਕਰ ਸਕਦਾ ਜਿਹੜਾ 2222484848 ਹੈਗਾ ਉਹ ਹੈਗਾ ਔਰ ਜਿਹੜਾ ਕੱਲ੍ਹ ਤੋਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਕਿਉਂਕਿ ਇਸ ਸਮੇਂ ਦੌਰਾਨ ਕੰਟਰੋਲ ਰੂਮ ਸੀਪੀ ਸਾਹਿਬ ਦਾ ਵੀ ਐਸਐਸਪੀ ਸਾਹਿਬ ਦਾ ਵੀ ਮੇਰੇ ਆਫਿਸ ਦਾ ਵੀ ਜਿਹੜਾ ਹੈਗਾ ਕੰਟਰੋਲ ਰੂਮ ਕੱਲ੍ਹ 7 ਵਜੇ ਤੋਂ ਚਾਲੂ ਹੋਈ ਮੇਰਾ ਇੱਕ ਇਸਮੇ ਸਜੇਸ਼ਨ ਥਾ ਕਿਉਂ ਨਹੀਂ ਆਪ ਲੋਕ ਇਸ ਉਸਮੇ ਆਪਣੇ ਪੂਰੇ ਮੁਹਿੰਮ ਮੇਂ ਮਿਊਨਿਸਪਲ ਕਾਰਪੋਰੇਸ਼ਨ ਔਰ ਮਿਊਨਿਸਪਲ ਕਾਉਂਸਿਲਸ ਜੋ ਹੈ ਉਨਕੋ ਇਨਵੋਲਵ ਕਾਉਂਸਲਰਸ ਕੋ ਇਸਮੇ ਇਨਵੋਲਵ ਕੀਜੀਏ ਜੋ ਮੁਹੱਲਾ ਵੈਲਫੇਅਰ ਸੋਸਾਇਟੀਜ਼ ਹੈ ਵੋ ਡਿਫਰੈਂਟ ਮਤਲਬ ਕਿ ਲੇਬਰ ਹੈ ਕਿਉਂਕਿ ਉਨਕੋ ਜ਼ਿਆਦਾ ਬਿਹਤਰ ਪਤਾ ਹੋਤਾ ਹੈ ਕੌਨ ਸਾ ਬੰਦਾ ਬਾਹਰ ਸੇ ਆਇਆ ਹੈ ਵੋ ਚੁੱਪ ਕਰਕੇ ਬੈਠੇ ਰਹਤੇ ਹੈ ਅਸੀਂ ਐਸਡੀਐਮ ਲੈਵਲ ਤੇ ਫੋਲੋ ਕਰ ਰਹੇ ਹਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਮਸੀ ਨੰਬਰਦਾਰ ਉਸ ਤੋਂ ਇਲਾਵਾ ਉਹ ਪੰਜ ਸਰਪੰਚ ਉਹ ਸਾਰੇ ਹੈਗੇ ਆ ਆਲਰੇਡੀ ਇਟ ਇਜ਼ ਬੀਂਗ ਡਨ ਔਰ ਅਸੀਂ ਜਿਹੜੇ ਮੇਰੇ ਆਫਿਸਰ ਦੱਸ ਰਹੇ ਨੇ ਅਸੀਂ ਉਹ ਲਗਾ ਰ
हर सब डिवीजन च मिनिमम असीं 20 अफसर जिहड़े लगा रहे हैं ताकि लॉ एंड ऑर्डर की स्थिति मेनटेन किया जा सके। बट अगेन जिवें मैं तुहानूं पहलां दस्सिया सी एक तरह नाल जिवें प्राइम मिनिस्टर साहब ने कहा सी जनता कर्फ्यू है अपना कर्फ्यू अपने लिए नहीं आप इसको लगाओ खोल के आप इंप्लीमेंट करो पूरी तरह से हम लोग आपके साथ हैं इसमें दिक्कत नहीं होगी। एक सरकारी बिल्डिंग आइसोलेशन या क्वारंटाइन लिए तुसी चेंजेस कीतियां क्या वो पूरी तरह नाल सैनिटाइज है जो जाना होगा जी जो जाने की नौबत होगी तो पूरे प्रोटोकॉल फॉलो करके करा मान लो अभी हम सैनिटाइज कर दीए
ਸੈਨੀਟਾਈਜ਼ਰ ਨੂੰ ਤਾਂ ਆਪਾਂ ਨੂੰ ਪਤਾ ਹੀ ਆ ਸਾਰੇ ਆਫਿਸਿਸ ਦੇ ਵਿੱਚ ਕਿਤੇ ਕੋਈ ਗੰਦ ਤਾਂ ਹੈ ਨਹੀਂ ਉਹ ਆਪਾਂ ਦੇਖ ਕੇ ਹੀ ਵਧੀਆ ਬਿਲਡਿੰਗ ਬਟ ਜਦੋਂ ਅਸੀਂ ਉੱਥੇ ਕਿਸੇ ਨੂੰ ਲੈ ਕੇ ਜਾਵਾਂਗੇ ਤਾਂ ਪੂਰਾ ਪ੍ਰੋਟੋਕੋਲ ਫੋਲੋ ਕਰਕੇ ਲੈ ਕੇ ਜਾਵਾਂਗੇ ਬਟ ਬੈਸਟ ਕੁਆਰੰਟਾਈਨ ਮੈਂ ਅੱਜ ਵੀ ਤੁਹਾਡੇ ਰਾਹੀਂ ਦੱਸ ਰਿਹਾ ਬੈਸਟ ਕੁਆਰੰਟਾਈਨ ਬੰਦੇ ਦਾ ਸਿਰਫ ਕੁਆਰੰਟਾਈਨ ਆਪਣੇ ਘਰ ਤੇ ਹੁੰਦਾ ਕਿਉਂਕਿ ਉੱਥੇ ਉਹਦੀ ਸੁਵਿਧਾ ਅਨੁਸਾਰ ਖਾਣਾ ਵੀ ਹੈ ਉਹਦੀ ਕੇਅਰ ਵੀ ਹੈ ਪਾਣੀ ਵੀ ਹੈ ਉਹ ਆਪਣੇ ਘਰ 'ਚ ਰਹਿ ਜੇ ਅੱਛਾ ਮੋਰ ਓਵਰ ਇੱਕ ਕਾਮਨ ਫੈਸਿਲਿਟੀ ਦੇ ਵਿੱਚ ਅਸੀਂ ਕੁਆਰੰਟਾਈਨ 'ਚ ਧੱਕੇ ਨਾਲ ਪਾ ਦਈਏ ਉਹ 'ਚ ਮੰਨ ਲਓ ਇੱਕ ਨੂੰ ਹੈਗਾ ਉਹ ਚਾਰ ਹੋਰਾਂ ਨੂੰ ਵੀ ਕਰ ਸਕਦਾ ਦੈਟ ਇਜ਼ ਦ ਸੈਕਿੰਡ ਬੈਸਟ ਆਪਸ਼ਨ ਬੈਸਟ ਆਪਸ਼ਨ ਜਿਹੜੀ ਹੁਣ ਅਸੀਂ ਜਿਹੜੇ ਭਰਾ ਸਾਡੇ ਬਾਹਰੋਂ ਆਏ ਆ ਕਿ ਉਹ ਆਪਦੇ ਸਿਰਫ ਕੁਆਰੰਟਾਈਨ ਕਰਨ ਜੇ ਸਿਮਟਮ ਆਉਣ ਸਾਡੇ ਹੈਲਪਲਾਈਨ ਨੰਬਰ 222-4848 'ਤੇ ਸੁਇੰਗ ਕਰਨ ਅਸੀਂ ਨਾਲ ਦੀ ਨਾਲ ਟੀਮ ਜਾ ਕੇ ਉਹਨਾਂ ਨੂੰ ਲੈ ਕੇ ਆਉਗੀ ਸੈਂਪਲ ਲਓ ਇੱਕ ਸਰ ਜਿਹੜੀ ਲੋਕਡਾਊਨ ਦੇ ਦੌਰਾਨ ਐਂਟਰੀ ਵਗੈਰਾ ਦੇ ਕੀ ਰਹੇਗੀ ਬਾਹਰੋਂ ਮਤਲਬ ਆਪਣੇ ਬਾਰਡਰ ਦੇ ਜ਼ਿਲ੍ਹੇ ਦੇ ਅੰਦਰ ਆਉਣਗੇ ਵਹੀਕਲ ਜਾਂ ਕੀ ਰਹੇਗਾ ਦੇਖੋ ਵਹੀਕਲਰ ਟ੍ਰੈਫਿਕ ਜਿਹੜਾ ਸਪੈਸ਼ਲ ਕਮੋਡਿਟੀਜ਼ ਨੂੰ ਲੈ ਕੇ ਆ ਰਹੇ ਆ ਜਾਂ ਕੋਈ ਕਿਸੇ ਐਮਰਜੈਂਸੀ ਵਾਸਤੇ ਆ ਰਹੇ ਪਬਲਿਕ ਟ੍ਰਾਂਸਪੋਰਟ ਬੰਦ ਆ ਉਹਨੂੰ ਅਸੀਂ ਅਲਾਓ ਕਰਾਂਗੇ ਐਜ਼ ਪਰ ਨੀਡ ਹਮਾਰੇ ਪਾਸ ਯਹਾਂ ਪੇ ਟੈਸਟਿੰਗ ਲੈਬ ਨਹੀਂ ਹੈ ਔਰ ਹਮ ਸਬਸੇ ਜ਼ਿਆਦਾ ਸੈਂਸਿਟਿਵ ਏਰੀਆ ਹਮਾਰਾ ਹੈ ਕੰਟੈਮੀਨੇਸ਼ਨ ਹੋ ਜਾਏ ਤੋ ਗਵਰਨਮੈਂਟ ਪਹਿਲੇ ਹੀ ਪ੍ਰਧਾਨ ਮੰਤਰੀ ਜੀ ਨੇ ਵੀ ਆਪਣੇ ਸੰਬੋਧਨ ਨੇ ਇਹ ਬਾਤ ਕਹੀ ਸੀ ਕਿ ਨੰਬਰ ਆਫ ਲੈਬਸ ਬਣਾਉਣ ਦੀ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਐਜ਼ ਐਂਡ ਵੈਨ ਇਟ ਕਮਸ ਦੈਟ ਇਜ਼ ਵੈਲਕਮ ਬਟ ਐਜ਼ ਆਫ ਨਾਓ ਹਮਾਰੇ ਪਾਸ ਨਹੀਂ ਹੈ ਅੰਮ੍ਰਿਤਸਰ ਦੀ ਤਰਫ ਸੇ ਕੋਈ ਆਪ ਕੋ ਆਫ ਕੋਰਸ ਵੀ ਤੋ ਕੀ ਹਮਾਰੇ ਪਾਸ ਜੋ ਸੁਵਿਧਾਵਾਂ ਬੜਾਈ ਜਾ ਸਕਤੀ ਹੈ ਫਾਰਮਲੀ ਹਮਨੇ ਐਸੀ ਵੀ ਡਿਮਾਂਡ ਨਹੀਂ ਕਰੀ ਹੈ ਬਟ ਡਿਮਾਂਡ ਤੋ ਯਹਾਂ ਤੱਕ ਵੀ ਹੈ ਕਿ ਵੀ ਇਸਕੋ ਬਹੁਤ ਹੀ ਜੋ ਬੜੀਆ ਕਿਸਮ ਕੀ ਜੋ ਪ੍ਰਾਈਵੇਟ ਲੈਬਸ ਹੈ ਉਨਕੋ ਵੀ ਯਦੀ ਕਿਸੀ ਸਟੇਜ ਪੇ ਕੀਆ ਜਾ ਸਕੇ ਬਟ ਗਵਰਨਮੈਂਟ ਕੇ ਆਪਣੇ ਪ੍ਰੋਟੋਕੋਲਸ ਹੈ ਕੀਪਿੰਗ ਇਨ ਵਿਊ ਜਬ ਜਬ ਵੀ ਇਸ ਤਰ੍ਹਾਂ ਕੀ ਕੋਈ ਆਗਿਆ ਆਏਗੀ ਤਾਂ ਮੈਂ ਆਪਕੋ ਬਤਾ ਦੂੰਗਾ ਐਜ਼ ਆਫ ਡੇਟ ਕਿੰਨੇ ਸੈਂਪਲਸ ਗਏ ਹੋਏ ਆ ਔਰ 17 ਸੈਂਪਲ ਗਏ ਆ ਮੈਮ ਅੱਛਾ ਔਰ ਜੋ ਬੰਦੇ ਦਾ ਰਿਜ਼ਲਟ ਵੇਟਡ ਹੈ ਹਾਂਜੀ ਰਿਜ਼ਲਟ ਵੇਟਡ ਹੈ ਜੀ ਅੱਛਾ ਸਰ ਇਹ ਤੇ ਕੋਈ ਦਿੱਤੇ ਜਾ ਰਹੇ ਨਹੀਂ ਫ੍ਰੀ ਆਫ ਕੋਸਟ ਹੈ ਫ੍ਰੀ ਆਫ ਕੋਸਟ ਹੈ ਓਕੇ ਤੇ ਆਪਣੇ ਕੋਲ ਕਿਡਸ ਕਿੰਨੀ ਅਵੇਲੇਬਲ ਟੂ ਡਾਕਟਰਸ ਵਾਸਤੇ ਸਿਵਲ ਸਰ ਕਿਸੇ ਦੀ ਟੈਸਟਿੰਗ ਟੈਸਟਿੰਗ ਵੀ ਤਾਂ ਮੈਮ ਉੱਥੇ ਅੰਮ੍ਰਿਤਸਰ ਹੀ ਅਸੀਂ ਤਾਂ ਸੈਂਪਲ ਲੈ ਕੇ ਭੇਜ ਦਿੰਦੇ ਹਾਂ ਸਰ ਅਗਰ ਮੰਡੀਆਂ 'ਚ ਕੱਚਾ ਮਾਲ ਨਹੀਂ ਆਏਗਾ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਅੱਛੀ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਾ ਵਹੀਕਲ ਤੇ ਵਹੀਕਲ ਤੇ ਰਿਸਟ੍ਰਿਕਸ਼ਨ ਆ ਨਹੀਂ ਤੁਹਾਨੂੰ ਦੱਸਿਆ ਇਹਨਾਂ ਸੇਵਾਵਾਂ ਨਹੀਂ ਤਾਂ ਚਾਹੇ 100 ਆਇਆ ਜੇ ਮੰਨ ਲਓ ਸਵੇਰੇ ਚੌਲ ਆਉਣਾ ਚਾਹੇ 100 ਟਰੱਕ ਲੈ ਸਰ ਅਸੀਂ ਵਹੀਕਲ ਤੇ ਰਿਸਟ੍ਰਿਕਸ਼ਨ ਇਹ ਹੈ ਵੀ ਇਹਨੂੰ ਛੁੱਟੀ ਸਮਝ ਕੇ ਦੇਖੋ ਤੁਸੀਂ ਇਹਨੂੰ ਸਮਝੋ ਤੁਸੀਂ ਪ੍ਰੈਸ 'ਚ ਆਪ ਲੋਕਾਂ ਇਸ ਚੀਜ਼ ਨੂੰ ਚਿੰਨੀ ਕਰੋ ਬਿਲਕੁਲ ਕੋਈ ਬੰਦਾ ਇਹਨੂੰ ਆਪਕੀ ਫੈਕਟਰੀ 'ਚ ਆ ਪੂਰੀ ਆਪ ਕੋਈ ਬੰਦਾ ਛੁੱਟੀ ਸਮਝ ਕੇ ਬਾਹਰ ਨਾ ਘੁੰਮੇ ਕਾ ਫਾਇਦਾ ਸਰ ਪੈਟਰੋਲ ਪੰਪਾਂ ਦੇ ਉੱਤੇ ਕੋਈ ਇਤਿਹਾਸ ਨਹੀਂ ਵਰਤੀ ਜਾਂਦੀ ਉਹਨਾਂ ਨੂੰ ਕੋਈ ਸੇਫਟੀ ਨਹੀਂ ਜਿਹੜੇ ਉੱਥੇ ਕੰਮ ਕਰ ਰਹੇ ਆ ਅਸੀਂ ਜੀ ਆਰਮੀ ਔਰ ਬੀਐਸਐਫ ਨਾਲ ਆਲਰੇਡੀ ਲਾਇਜਨ ਕਰ ਲਿਆ ਹੈਗਾ ਐਂਡ ਦੇ ਹੈਵ ਟੋਲਡ ਅਸ ਕਿ ਅਗਰ ਨੀਡ ਹੋਈ ਤਾਂ ਉਹ ਅਮੀ ਹਮਾਰੀ ਪੂਰੀ ਸਹਾਇਤਾ ਕਰੇਗੀ ਤਾਂ ਮਿਲਟਰੀ ਹਸਪੀਟਲ ਇਜ਼ ਆਲਸੋ ਗੀਅਰਡ ਅਪ ਉਨਕਾ ਕੁਆਰੰਟਾਈਨ ਏਰੀਆ ਇਜ਼ ਆਲਸੋ ਗੀਅਰਡ ਅਪ ਬੀਐਸਐਫ ਦਾ ਕੁਆਰੰਟਾਈਨ ਏਰੀਆ ਇਜ਼ ਆਲਸੋ ਗੀਅਰਡ ਅਪ ਹਾਂ ਆਪਣੀ ਤਰਫ ਸੇ ਕੋਈ ਵੀ ਵੀ ਵਿਲ ਨਾਟ ਕੋਈ ਐਸਾ ਕਦਮ ਬਾਕੀ ਨਹੀਂ ਰਹੇਗਾ ਕਿ ਜਿਸ ਕੀ ਵਜ੍ਹਾ ਸੇ ਕਿਸੇ ਕੋ ਕੋਈ ਦਿੱਕਤ ਆਇਆ ਪ੍ਰੈਸ ਵਾਲਿਆਂ ਕੋਲ ਤੁਹਾਡੇ ਕੋਲ ਆਪਦੇ ਆਈਡੈਂਟੀ ਕਾਰਡ ਹੈਗੇ ਨੇ ਜੀ ਜਿਹੜੇ ਕਰੈਕਟਡ ਪ੍ਰੈਸ ਰਿਪੋਰਟਰਸ ਨੇ ਉਹ ਆਪਦਾ ਕੰਮ ਕਰਨਗੇ ਵੱਧ ਤੋਂ ਵੱਧ ਜੇ ਕਿਸੇ ਪੁਲਿਸ ਵਾਲੇ ਨੂੰ ਨਹੀਂ ਪਛਾਣਾ ਪੁੱਛੂਗਾ ਤੁਹਾਨੂੰ ਔਰ ਤੁਸੀਂ ਦੱਸ ਦੋਗੇ ਵੀ ਮੈਂ ਔਨ ਡਿਊਟੀ ਹੈ ਨਾਟ ਓਨਲੀ ਪ੍ਰੈਸ ਇੱਥੇ ਤਾਂ ਪ੍ਰਿੰਟਿੰਗ ਪ੍ਰੈਸ ਮਤਲਬ ਅਖਬਾਰਾਂ ਦੇ ਪ੍ਰਿੰਟਿੰਗ ਹੈਡ ਆਫਿਸ ਬਹੁਤ ਸਾਰੇ ਨੇ ਉਹਨਾਂ ਜਿਹੜਾ ਟੈਕਨੀਕਲ ਸਟਾਫ ਹੈ ਜਿਹੜਾ ਕਿ ਪ੍ਰਿੰਟਿੰਗ ਕਰਦਾ ਹੋਰ ਕਰਦਾ ਉਹ ਸਾਰਿਆਂ ਦੀ ਮੂਵਮੈਂਟ ਡਿਸਪੈਚ ਸਟਾਫ ਹੈਗਾ ਟਰੱਕਾਂ ਦੇ ਵਿੱਚ ਬਹੁਤ ਸਾਰੇ ਨਿਊਜ਼ ਪੇਪਰ ਦੇ ਤਾਂ ਛਾਪ ਕੇ ਜਾਂਦੇ ਨੇ ਸਾਰਿਆਂ ਨੂੰ ਕੋਈ ਦਿੱਕਤ ਨਹੀਂ ਹੈ ਸਾਰਾ ਇਹਨਾਂ ਤੋਂ ਮਿਲਿਆ ਕਰੇਗਾ
विशेष जी तो असी हर रोज मैं सोच रहे कि शाम में क्यों नहीं टेस्ट नोट दे दिया करा उस पूरी इनफॉर्मेशन अपना विशेष देनी हैगी पर सानू जो भी कोई प्रोक्योरमेंट करनी हैगी है वो जी है एडीसी जनरल देखेंगे जोड़ा सा कंट्रोल रूम है उन्होंने डी आर ओ जे है वो देखेंगे जशन जीत मान लो किसी कोई मूवमेंट प्रॉब्लम आ रही है कोई फूड सप्लाई की प्रॉब्लम आ रही है दवाइया की आ रही है तो उस कंट्रोल रूम से आएगी और अकॉर्डिंगली सारे पास डिसमीनेट करेंगे मान लो कोई पुलिस के नाल कोई प्रॉब्लम आ रही है होर आ रही है डी आर ओ साहब उन्होंने देखेंगे सर बैंकों के जोड़ा इकट्ठ होगा वो की किया जाऊगा जेकर बैंक खुल दया तो बैंक खुलन गियाँ जी बट असी बैंक भी सेंसिटाइज करांगे एटीएम राही कि भी वह ज्यादा इकट्ठ ना होते क्योंकि असी लोगों जो बेनती कर ली भी घरों निकलना नहीं है तो जे किसी बहुत ही कोई लोड़ है एसेंशियली ही पैसे लैन आऊगा एंड वी एक्सपैक्ट के लोग इस सहयोग करेंगे भीड़ नहीं लाने कोई किसी जो सैंपल भेजे किसी का आया रिजल्ट जलंधर अजे तक कोई पॉजिटिव नहीं आया खर्चा हूँ तो जान बचा है सरकार ने कहा भी पैसा इज नॉट एनी क्राइटेरिया असि सारा जो भी खर्च करना पे करा ट्रिपल 2 4417 थैंक यू।